ਮੌਕੇ ਤੇ ਕੌਣ ਸੀਗਾ? ਆਓ ਹੈਗੇ ਸੀ ਮੌਕੇ ਤੇ ਘਰੇ ਖੜਾ ਹੋ ਅਸੀਂ ਤਾਂ ਜਾ ਰਹੇ ਸੀਗੇ ਫਾਜ਼ਿਲਕਾ ਤੋਂ ਮੰਡੀ ਲਾਧੂਕਾ, ਔਰ ਰਸਤੇ ਦੇ ਵਿੱਚ ਲੋਕ ਇਕੱਠੇ ਹੋਏ ਸੀ ਤਾਂ ਦੇਖਿਆ ਇੱਕ ਨੌਜਵਾਨ ਜਿਹੜਾ ਸੜਕ ਤੇ ਡਿੱਗਿਆ ਪਿਆ ਸੀ, ਸੱਟਾਂ ਲੱਗੀਆਂ ਸੀ, ਔਰ ਲੋਕ ਇਕੱਠੇ ਹੋਏ ਸੀ ਤਾਂ ਨਾਲ ਦੀ ਨਾਲ ਹੀ ਮੈਂ ਉੱਥੇ ਗੱਡੀ ਤੋਂ ਉਤਰ ਕੇ ਦੇਖਿਆ ਤਾਂ ਸਾਰੇ ਲੋਕਾਂ ਦੀ ਮਦਦ ਦੇ ਨਾਲ ਆਪਣੀ ਜਿਹੜੀ ਗੱਡੀ ਹੈ, ਸਿਕਿਉਰਿਟੀ ਦੀ ਜਿਹੜੀ ਸਾਡੀ ਗੱਡੀ ਹੈ, ਉਹਦੇ ਵਿੱਚ ਜਿਹੜਾ ਉਹਨੂੰ ਪਾ ਕੇ ਹੋਸਪਿਟਲ ਭੇਜਿਆ, ਔਰ ਉਹ ਗੱਡੀ ਜਿਹੜੀ ਹੋਸਪਿਟਲ ਉਹਨੂੰ ਲੈ ਕੇ ਗਈ ਹੈ ਅਤੇ ਉੱਥੇ ਉਹਨਾਂ ਦਾ ਜਿਹੜਾ ਇਲਾਜ ਕਰਵਾਵਾਂਗੇ। ਔਰ ਜਿਹੜਾ ਡਾਕਟਰਸ ਨੂੰ ਵੀ ਮੈਂ ਫੋਨ ਕਰਤਾ ਹੈ ਕਿ ਜਿਹੜਾ ਵੀ ਕੋਈ ਉੱਥੇ ਡਾਕਟਰ ਮੌਜੂਦ ਹੈ ਐਮਰਜੈਂਸੀ ਦੇ ਵਿੱਚ, ਉਹਦਾ ਜਿਹੜਾ ਪ੍ਰੋਪਰ ਜਿਹੜਾ ਟ੍ਰੀਟਮੈਂਟ ਸ਼ੁਰੂ ਕੀਤਾ ਜਾਵੇ। ਪਤਾ ਨਹੀਂ ਜੀ, ਇਹ ਸਾਰੇ ਕੋਲ ਖੜ੍ਹੇ ਸੀਗੇ, ਕਹਿੰਦੇ ਡਿੱਗਿਆ ਪਿਆ ਸੀਗਾ, ਲੋਕਾਂ ਨੇ ਜਦੋਂ ਦੇਖਿਆ ਤਾਂ ਕਿਹੜੇ ਪਿੰਡ ਦਾ ਬੈਕ ਖਾਸ ਦਾ ਕੋਈ ਦੱਸ ਰਹੇ ਨੇ ਜਿਹੜਾ ਨੌਜਵਾਨ ਸ਼ਖਸ ਹੈ। ਮੌਕੇ ਤੇ ਕੌਣ ਸੀਗਾ? ਆਓ ਹੈਗੇ ਸੀ ਮੌਕੇ ਤੇ ਨਹੀਂ ਗਾਂ ਨੀ ਵੱਜੀ ਵੱਜੀ
ਅਸੀਂ ਤਾਂ ਜਾ ਰਹੇ ਸੀਗੇ ਫਾਜ਼ਿਲਕਾ ਤੋਂ ਮੰਡੀ ਲਾਧੂਕਾ, ਔਰ ਰਸਤੇ ਦੇ ਵਿੱਚ ਲੋਕ ਇਕੱਠੇ ਹੋਏ ਸੀ ਤਾਂ ਦੇਖਿਆ ਇੱਕ ਨੌਜਵਾਨ ਜਿਹੜਾ ਸੜਕ ਤੇ ਡਿੱਗਿਆ ਪਿਆ ਸੀ, ਸੱਟਾਂ ਲੱਗੀਆਂ ਸੀ, ਔਰ ਲੋਕ ਇਕੱਠੇ ਹੋਏ ਸੀ ਤਾਂ ਨਾਲ ਦੀ ਨਾਲ ਹੀ ਮੈਂ ਉੱਥੇ ਗੱਡੀ ਤੋਂ ਉਤਰ ਕੇ ਦੇਖਿਆ ਤਾਂ ਸਾਰੇ ਲੋਕਾਂ ਦੀ ਮਦਦ ਦੇ ਨਾਲ ਆਪਣੀ ਜਿਹੜੀ ਗੱਡੀ ਹੈ, ਸਿਕਿਉਰਿਟੀ ਦੀ ਜਿਹੜੀ ਸਾਡੀ ਗੱਡੀ ਹੈ, ਉਹਦੇ ਵਿੱਚ ਜਿਹੜਾ ਉਹਨੂੰ ਪਾ ਕੇ ਹੋਸਪਿਟਲ ਭੇਜਿਆ, ਔਰ ਉਹ ਗੱਡੀ ਜਿਹੜੀ ਹੋਸਪਿਟਲ ਉਹਨੂੰ ਲੈ ਕੇ ਗਈ ਹੈ ਅਤੇ ਉੱਥੇ ਉਹਨਾਂ ਦਾ ਜਿਹੜਾ ਇਲਾਜ ਕਰਵਾਵਾਂਗੇ। ਔਰ ਜਿਹੜਾ ਡਾਕਟਰਸ ਨੂੰ ਵੀ ਮੈਂ ਫੋਨ ਕਰਤਾ ਹੈ ਕਿ ਜਿਹੜਾ ਵੀ ਕੋਈ ਉੱਥੇ ਡਾਕਟਰ ਮੌਜੂਦ ਹੈ ਐਮਰਜੈਂਸੀ ਦੇ ਵਿੱਚ, ਉਹਦਾ ਜਿਹੜਾ ਪ੍ਰੋਪਰ ਜਿਹੜਾ ਟ੍ਰੀਟਮੈਂਟ ਸ਼ੁਰੂ ਕੀਤਾ ਜਾਵੇ। ਪਤਾ ਨਹੀਂ ਜੀ, ਇਹ ਸਾਰੇ ਕੋਲ ਖੜ੍ਹੇ ਸੀਗੇ, ਕਹਿੰਦੇ ਡਿੱਗਿਆ ਪਿਆ ਸੀਗਾ, ਲੋਕਾਂ ਨੇ ਜਦੋਂ ਦੇਖਿਆ ਤਾਂ ਕਿਹੜੇ ਪਿੰਡ ਦਾ ਬੈਕ ਖਾਸ ਦਾ ਕੋਈ ਦੱਸ ਰਹੇ ਨੇ ਜਿਹੜਾ ਨੌਜਵਾਨ ਸ਼ਖਸ ਹੈ।